ਰਾਜਪੁਰਾ ਦੇ SDM ਸ੍ਰੀ ਸੰਜੀਵ ਕੁਮਾਰ ਨੇ ਅਨਾਜ ਮੰਡੀ ਪਹੁੰਚ ਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਗਈ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ਮਗਰੋਂ ਉਸਦੇ ਉਚਿਤ ਭੰਡਾਰਨ ਲਈ ਮੰਡੀਆਂ ਚੋਂ ਜਿਣਸ ਦੀ ਢੋਆ ਢੁਆਈ ਦਾ ਕਾਰਜ ਰਾਜਪੁਰਾ ਮੰਡੀ ਤੋਂ ਸ਼ੁਰੂ ਹੋ ਗਿਆ। ਇਸ ਮੌਕੇ ਉਨ੍ਹਾਂ ਨੇ ATV ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਟੀਨ ਚੈਕਿੰਗ ਸੀ, ਮੰਡੀ ਸਾਡੀ ਬੜੀ ਸਮੂਥਲੀ ਚੱਲ ਰਹੀ ਹੈ। ਇੱਥੇ 1 ਤਰੀਕ ਤੋਂ ਹੀ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ। ਕੱਲ੍ਹ ਤੱਕ 550 ਮੀਟ੍ਰਿਕ ਟਨ ਜਿਹੜੀ ਹੈ ਕਣਕ ਦੀ ਅਰਾਈਵਲ ਹੋ ਚੁੱਕੀ ਸੀ, ਜਿਹਦੇ ਵਿੱਚੋਂ 517 MT ਮਾਲ ਪਰਚੇਜ ਹੋ ਚੁੱਕਿਆ ਸੀ, ਵੱਖ ਵੱਖ ਏਜੰਸੀਆਂ ਵੱਲੋਂ ਪਰਚੇਜ ਕੀਤਾ ਗਿਆ ਸੀ, ਜਿਹਦੇ ਵਿੱਚੋਂ 7 ਜਿਹੜਾ MT ਹੈ ਉਹ ਪ੍ਰਾਈਵੇਟ ਏਜੰਸੀਆਂ ਨੇ ਖਰੀਦ ਕੀਤਾ ਸੀ, 7 ਹੀ ਉੱਦਾਂ ਦੀ ਲਿਫਟ ਹੋ ਚੁੱਕੀ ਅਤੇ ਉਸ ਤੋਂ ਇਲਾਵਾ ਬਾਕੀ ਵੇਅਰ ਹਾਊਸ ਸਾਡੀ ਜਿਹੜੀ ਏਜੰਸੀ ਹੈ ਉਹਦੇ ਵੱਲੋਂ 50 MT ਦੀ ਲਿਫਟਿੰਗ ਉਹਦੇ ਵੱਲੋਂ ਮਿਲ ਚੁੱਕੀ ਅਤੇ ਲਿਫਟਿੰਗ ਅਤੇ ਪਰਚੇਜ ਸਾਡੀ ਬੜੀ ਸਮੂਥਲੀ ਚੱਲਦੀ ਹੈ, ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।